ਇੱਕ ਵਾਰ ਇੱਕ ਸ਼ਖਸ ਇੱਕ ਫਕੀਰ ਦੇ ਕੋਲ ਜਾ ਕੇ ਕਹਿਣ ਲੱਗਾ, ਮਹਾਰਾਜ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫਾਂ। ਮੈਂ ਆਪਣੇ ਪਰਿਵਾਰ ਨੂੰ ਵੀ ਨਹੀਂ ਪਾਲ ਸਕਦਾ, ਦੋ ਵਕਤ ਦੀ ਰੋਟੀ ਵੀ ਨਹੀਂ ਦੇ ਸਕਦਾ। ਮੈਨੂੰ ਕੋਈ ਅਜਿਹਾ ਮਾਰਗ ਦੱਸੋ ਜਿਹਦੇ ਨਾਲ ਮੇਰੀ ਵੀ ਤਕਦੀਰ ਬਦਲ ਜਾਵੇ। ਤੁਸੀਂ ਬੜੇ ਮਹਾਤਮਾ ਹੋ, ਤਪੱਸਿਆ ਕਰਦੇ ਆ, ਬੰਦਗੀ ਕਰਦੇ, ਨਾਮ ਸਿਮਰਨ ਕਰਦੇ ਆ। ਜੇ ਤੁਸੀਂ ਬਹੁਤ ਵੱਡੇ ਗਿਆਨ ਦੀਆਂ ਗੱਲਾਂ ਕਰੋਗੇ ਉਹ ਵੀ ਮੈਨੂੰ ਸਮਝ ਨਹੀਂ ਪੈਣੀਆਂ। ਕਿਰਪਾ ਕਰਕੇ ਮੈਨੂੰ ਕੋਈ ਅਜਿਹਾ ਮਾਰਗ ਦੱਸੋ ਜਿਹਨੂੰ ਮੈਂ ਸਮਝ ਸਕਾਂ। ਫਕੀਰਾਂ ਨੇ ਉਹਦੀ ਗੱਲ ਸੁਣ ਕੇ ਸਾਹਮਣੇ ਇੱਕ ਉੱਚੀ ਪਹਾੜੀ ਵੱਲ ਹੱਥ ਕਰਕੇ ਕਿਹਾ ਕਿ ਉਹ ਸਾਹਮਣੇ ਉੱਚੀ ਪਹਾੜੀ 'ਤੇ ਇੱਕ ਮੰਦਰ ਆ, ਉਸ ਮੰਦਰ ਦੇ ਲਾਗੇ ਲਾਗੇ ਕੀੜੀਆਂ ਦੇ ਕਈ ਘਰ ਆ। ਕੀੜੀਆਂ ਉੱਥੇ ਕੋਈ ਫਸਲ ਕੋਈ ਫੁੱਲ ਬੂਟਾ ਨਹੀਂ ਹੋਣ ਦਿੰਦੀਆਂ, ਉਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖਤਮ ਕਰੀ ਜਾਂਦੀਆਂ। ਅੱਜ ਤੋਂ ਤੂੰ ਅਗਲੇ 7 ਦਿਨ ਉਸ ਮੰਦਰ ਦੇ ਵਿੱਚ ਰੋਜ਼ ਜਾਣਾ। ਉੱਥੇ ਤੈਨੂੰ ਜਿੰਨੀਆਂ ਵੀ ਕੀੜੀਆਂ ਦੇ ਘਰ ਦਿਸਣ ਤੂੰ ਉਹਨਾਂ ਨੂੰ ਤਹਿਸ ਨਹਿਸ ਕਰ ਦੇਈ, ਕੀੜੀਆਂ ਦਾ ਇੱਕ ਵੀ ਘਰ ਨਾ ਬਚੇ। ਪਰ ਇੱਕ ਗੱਲ ਦਾ ਖਿਆਲ ਰੱਖੀ, ਤੇਰੇ ਇਸ ਕੰਮ ਦੇ ਵਿੱਚ ਇੱਕ ਵੀ ਕੀੜੀ ਨਹੀਂ ਮਰਨੀ ਚਾਹੀਦੀ। ਬਸ ਤੂੰ ਕੀੜੀਆਂ ਦੇ ਘਰਾਂ ਨੂੰ ਤਹਿਸ ਨਹਿਸ ਕਰ ਦੇਈ। ਉਹ ਆਦਮੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਮਹਾਤਮਾ ਨੂੰ ਫਕੀਰਾਂ ਨੂੰ ਸਲਾਮ ਕਰਕੇ ਵਾਪਸ ਆਪਣੇ ਘਰ ਨੂੰ ਆ ਗਿਆ। ਘਰ ਆ ਕੇ ਸੋਚਣ ਲੱਗਾ ਕਿ ਮਹਾਤਮਾ ਇਹ ਕੀੜੀਆਂ ਦਾ ਘਰ ਮੇਰੇ ਤੋਂ ਕਿਉਂ ਤੜਵਾ ਰਹੇ ਆ, ਉਹ ਕੀੜੀਆਂ ਕਿਸੇ ਦਾ ਕੀ ਵਿਗਾੜਦੀਆਂ, ਕਿਉਂ ਮੈਂ ਬੇਕਸੂਰਾਂ ਦਾ ਘਰ ਤੋੜਾਂ। ਪਰ ਫਿਰ ਉਹ ਸੋਚਣ ਲੱਗਾ ਕਿ ਉਹ ਇੱਕ ਕਰਨੀ ਵਾਲੇ ਫਕੀਰ ਆ, ਰੱਬ ਨੂੰ ਪਹੁੰਚੇ ਹੋਏ ਫਕੀਰ ਆ, ਇਹਦੇ ਵਿੱਚ ਵੀ ਕੋਈ ਰਾਜ ਹੋਵੇਗਾ। ਇਹੀ ਸੋਚ ਕੇ ਅਗਲੇ ਦਿਨ ਉਹ ਯੁਵਕ ਪਹਾੜੀ 'ਤੇ ਚੜ੍ਹਿਆ ਅਤੇ ਉਸ ਮੰਦਰ ਦੇ ਕੋਲ ਜਾ ਪਹੁੰਚਾ। ਉਹਨੇ ਦੇਖਿਆ ਕਿ ਸਾਰੀਆਂ ਕੀੜੀਆਂ ਆਪਣਾ ਭੋਜਨ ਇਕੱਠਾ ਕਰ ਰਹੀਆਂ, ਭੋਜਨ ਦੇ ਛੋਟੇ ਛੋਟੇ ਕਣਾਂ ਨੂੰ ਚੱਕ ਕੇ ਉਹ ਆਪਣੇ ਘਰ ਦੇ ਵਿੱਚ ਜਮ੍ਹਾਂ ਕਰ ਰਹੀਆਂ। ਉਹਨੇ ਦੇਖਿਆ ਕਿ ਇੱਥੇ ਤਾਂ ਕੀੜੀਆਂ ਦੇ ਕਾਫ਼ੀ ਘਰ ਆ ਅਤੇ ਸਾਰੀਆਂ ਕੀੜੀਆਂ ਕਤਾਰ ਵਿੱਚ ਚੱਲ ਕੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਉਹ ਭੋਜਨ ਇਕੱਠਾ ਕਰ ਰਹੀਆਂ। ਪਹਿਲਾਂ ਤਾਂ ਉਸ ਯੁਵਕ ਦਾ ਮਨ ਕਮਜ਼ੋਰ ਪੈ ਗਿਆ, ਪਰ ਫਿਰ ਉਹਨੂੰ ਫਕੀਰਾਂ ਦੀ ਗੱਲ ਯਾਦ ਆ ਗਈ ਤਾਂ ਉਹਨੇ ਕੀੜੀਆਂ ਦੇ ਘਰ ਨੂੰ ਤੋੜਨਾ ਸ਼ੁਰੂ ਕੀਤਾ। ਜਿੱਦਾਂ ਹੀ ਉਹਨੇ ਕੀੜੀਆਂ ਦਾ ਘਰ ਤੋੜਨਾ ਸ਼ੁਰੂ ਕੀਤਾ, ਕੀੜੀਆਂ ਦੇ ਵਿੱਚ ਹਾਹਾਕਾਰ ਮੱਚ ਗਈ। ਸਾਰੀਆਂ ਕੀੜੀਆਂ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗ ਪਈਆਂ। ਜਲਦੀ ਹੀ ਕੀੜੀਆਂ ਦਾ ਉਹ ਘਰ ਖਾਲੀ ਹੋ ਗਿਆ ਅਤੇ ਉਸ ਯੁਵਕ ਨੇ ਕੀੜੀਆਂ ਦਾ ਉਹ ਸਾਰਾ ਘਰ ਤੋੜ ਦਿੱਤਾ। ਦੁਖੀ ਮਨ ਦੇ ਨਾਲ ਉਹ ਯੁਵਕ ਆਪਣੇ ਘਰ ਆ ਗਿਆ। ਸਾਰੀ ਰਾਤ ਸੋਚਦਾ ਰਿਹਾ ਕਿ ਮੈਂ ਬੜਾ ਵੱਡਾ ਪਾਪ ਕੀਤਾ, ਨਿਰਦੋਸ਼ ਕੀੜੀਆਂ ਦਾ ਘਰ ਤੋੜ ਦਿੱਤਾ। ਪਰ ਜਦੋਂ ਉਹਨੂੰ ਫਕੀਰਾਂ ਦੀ ਗੱਲ ਯਾਦ ਆ ਜਾਂਦੀ ਤਾਂ ਉਹਦਾ ਮਨ ਥੋੜ੍ਹਾ ਜਿਹਾ ਸ਼ਾਂਤ ਹੋ ਜਾਂਦਾ। ਫਿਰ ਉਹ ਸੋਚਣ ਲੱਗਾ ਕਿ ਮੈਂ ਕੀੜੀਆਂ ਦਾ ਘਰ ਤਾਂ ਤੋੜ ਦਿੱਤਾ, ਹੁਣ ਕੱਲ੍ਹ ਉੱਥੇ ਜਾਣ ਦਾ ਕੀ ਫਾਇਦਾ, ਹੁਣ ਕਿਹੜਾ ਕੀੜੀਆਂ ਨੇ ਉੱਥੇ ਘਰ ਬਣਾਉਣਾ। ਪਰ ਕੁਝ ਸੋਚ ਕੇ ਅਗਲੀ ਸਵੇਰ ਉਹ ਯੁਵਕ ਸਵਖਤੇ ਉੱਠ ਕੇ ਉਸ ਪਹਾੜੀ 'ਤੇ ਪਹੁੰਚ ਗਿਆ। ਜਦੋਂ ਗਿਆ
ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਜਗ੍ਹਾ ਉਹਨੇ ਕੀੜੀਆਂ ਦਾ ਘਰ ਤੋੜਿਆ ਸੀ, ਕੀੜੀਆਂ ਨੇ ਉਸੇ ਜਗ੍ਹਾ 'ਤੇ ਹੀ ਇੱਕ ਨਵਾਂ ਘਰ ਬਣਾਇਆ ਹੋਇਆ ਸੀ ਅਤੇ ਸਾਰੀਆਂ ਕੀੜੀਆਂ ਪਹਿਲਾਂ ਵਾਂਗੂ ਆਪਣਾ ਭੋਜਨ ਇਕੱਠਾ ਕਰ ਰਹੀਆਂ ਸੀ। ਉਹ ਸੋਚ ਕੇ ਉਹ ਹੱਸਣ ਲੱਗਾ ਕਿ ਇਹ ਕੀੜੀਆਂ ਕਿੰਨੀਆਂ ਬੇਵਕੂਫ਼ ਆ, ਇਹਨਾਂ ਨੂੰ ਪਤਾ ਕਿ ਕੱਲ੍ਹ ਇਸੇ ਜਗ੍ਹਾ 'ਤੇ ਸਾਡਾ ਘਰ ਟੁੱਟਿਆ ਅਤੇ ਅੱਜ ਉਸੇ ਜਗ੍ਹਾ 'ਤੇ ਇਹਨੇ ਦੁਬਾਰਾ ਆਪਣਾ ਘਰ ਪਾ ਲਿਆ। ਫਿਰ ਉਸ ਯੁਵਕ ਨੇ ਫਕੀਰਾਂ ਨੂੰ ਯਾਦ ਕਰਕੇ ਕੀੜੀਆਂ ਦਾ ਉਹ ਘਰ ਤੋੜਨਾ ਵੀ ਸ਼ੁਰੂ ਕੀਤਾ। ਪਹਿਲਾਂ ਵਾਂਗੂ ਹੀ ਕੀੜੀਆਂ ਆਲੇ ਦੁਆਲੇ ਨੂੰ ਭੱਜ ਗਈਆਂ। ਹੌਲੀ ਹੌਲੀ ਉਹਨੇ ਕੀੜੀਆਂ ਦਾ ਉਹ ਘਰ ਤੋੜ ਦਿੱਤਾ। ਉਹਦੇ ਮਨ ਦੇ ਵਿੱਚ ਸੰਤੋਸ਼ ਸੀ। ਜਾਂਦੇ ਹੋਏ ਨੇ ਉਸ ਕੀੜੀਆਂ ਦੇ ਘਰ 'ਤੇ ਠੰਡਾ ਪਾਣੀ ਪਾ ਦਿੱਤਾ ਕਿ ਹੁਣ ਕੀੜੀਆਂ ਇਸ ਜਗ੍ਹਾ 'ਤੇ ਆਪਣਾ ਘਰ ਨਾ ਬਣਾ ਸਕਣ, ਅਤੇ ਆਪਣਾ ਕਰਮ ਪੂਰਾ ਕਰਕੇ ਉਹ ਵਾਪਸ ਆਪਣੇ ਘਰ ਨੂੰ ਆ ਗਿਆ। ਰਾਤ ਦੇ ਵਕਤ ਉਹ ਯੁਵਕ ਸੋਚਣ ਲੱਗਾ ਕਿ ਮਹਾਤਮਾ ਇਹ ਮੇਰੇ ਤੋਂ ਸਹੀ ਕਰਵਾ ਰਹੇ ਆ ਕਿ ਇੱਕ ਸਿੱਧ ਪੁਰਸ਼ ਨੂੰ ਇਹ ਕੰਮ ਕਰਵਾਉਣਾ ਸਹੀ ਆ, ਕਿਤੇ ਉਹ ਕੋਈ ਨਕਲੀ ਫਕੀਰ ਨਾ ਹੋਵੇ। ਪਰ ਫਿਰ ਕੁਝ ਸੋਚ ਕੇ ਉਹਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਅਤੇ ਅਗਲੇ ਦਿਨ ਫਿਰ ਤੋਂ ਉਸ ਪਹਾੜੀ 'ਤੇ ਜਾਣ ਦਾ ਨਿਸ਼ਚਾ ਕੀਤਾ। ਅਗਲੇ ਦਿਨ ਸਵੇਰੇ ਸਵਖਤੇ ਹੀ ਉਹ ਪਹਾੜੀ 'ਤੇ ਪਹੁੰਚਿਆ, ਉਸ ਜਗ੍ਹਾ ਪਹੁੰਚਿਆ ਜਿੱਥੇ ਉਹਨੇ ਕੀੜੀਆਂ ਦਾ ਘਰ ਤੋੜਿਆ ਸੀ। ਉਹ ਇਹ ਦੇਖ ਕੇ ਬੜਾ ਖੁਸ਼ ਹੋਇਆ ਕਿ ਅੱਜ ਉੱਥੇ ਕੀੜੀਆਂ ਨੇ ਆਪਣਾ ਘਰ ਨਹੀਂ ਬਣਾਇਆ ਸੀ। ਉਹਨੇ ਸੋਚਿਆ ਕਿ ਹੁਣ ਤਾਂ ਮੇਰਾ ਕੰਮ ਪੂਰਾ ਹੋ ਚੁੱਕਿਆ, ਕੀੜੀਆਂ ਨੇ ਇੱਥੇ ਆਪਣਾ ਘਰ ਬਣਾਇਆ ਹੀ ਨਹੀਂ। ਫਕੀਰਾਂ ਨੇ ਮੈਨੂੰ 7 ਦਿਨ ਆਉਣ ਲਈ ਕਿਹਾ ਸੀ, ਪਰ ਮੇਰਾ ਕੰਮ ਤਾਂ 3 ਦਿਨਾਂ ਵਿੱਚ ਹੀ ਪੂਰਾ ਹੋ ਗਿਆ। ਹੁਣ ਮੇਰਾ ਇੱਥੇ ਆਉਣ ਦਾ ਕੋਈ ਮਤਲਬ ਨਹੀਂ, ਅੱਜ ਮੈਂ ਸਿੱਧਾ ਫਕੀਰਾਂ ਦੇ ਕੋਲ ਹੀ ਜਾਵਾਂਗਾ। ਇਹ ਸੋਚ ਕੇ ਜਿੱਦਾਂ ਹੀ ਉਹ ਪਿੱਛੇ ਨੂੰ ਮੁੜਿਆ ਤਾਂ ਉਹਦੀ ਨਿਗਾਹ ਸਾਹਮਣੇ ਕੀੜੀਆਂ ਦੇ ਘਰ 'ਤੇ ਪਈ। ਉਹ ਇਹ ਦੇਖ ਕੇ ਹੈਰਾਨ ਹੋਇਆ ਕਿ ਇੱਥੇ ਇੱਕ ਕੀੜੀਆਂ ਦਾ ਹੋਰ ਘਰ ਆ, ਪਰ ਇਹ ਉਹੀ ਕੀੜੀਆਂ ਸੀ ਜਿਹੜੀਆਂ ਪਹਿਲਾਂ ਪੁਰਾਣੇ ਘਰ ਵਿੱਚ ਰਹਿੰਦੀਆਂ ਸੀ। ਉਹ ਉਸ ਕੀੜੀਆਂ ਦੇ ਘਰ ਦੇ ਕੋਲ ਪਹੁੰਚਿਆ ਤਾਂ ਦੇਖਿਆ ਕੀੜੀਆਂ ਪਹਿਲਾਂ ਵਾਂਗੂ ਆਪਣਾ ਭੋਜਨ ਇਕੱਠਾ ਕਰ ਰਹੀਆਂ। ਜਿਹੜਾ ਪੁਰਾਣਾ ਘਰ ਟੁੱਟਿਆ ਸੀ ਉਹਦੇ ਵਿੱਚ ਵੀ ਭੋਜਨ ਦੇ ਕੁਝ ਦਾਣੇ ਸੀ, ਉਹਨੂੰ ਵੀ ਲਿਆ ਕੇ ਉਹ ਆਪਣੇ ਨਵੇਂ ਘਰ ਦੇ ਵਿੱਚ ਰੱਖ ਰਹੀਆਂ ਸੀ। ਯੁਵਕ ਨੇ ਸੋਚਿਆ ਕਿ ਫਕੀਰਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਇਹ ਕੀੜੀਆਂ ਆਪਣਾ ਨਵਾਂ ਘਰ ਬਣਾਉਣਗੀਆਂ, ਇਸੇ ਕਰਕੇ ਉਹਨੇ ਮੈਨੂੰ 7 ਦਿਨ ਵਾਸਤੇ ਆਉਣ ਲਈ ਕਿਹਾ। ਫਿਰ ਉਸ ਯੁਵਕ ਨੇ ਕੁਝ ਸੋਚ ਕੇ ਕੀੜੀਆਂ ਦੇ ਉਸ ਘਰ ਨੂੰ ਵੀ ਤੋੜਨਾ ਸ਼ੁਰੂ ਕੀਤਾ। ਉਹਨੇ ਬਿਨਾਂ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਕੀੜੀਆਂ ਦਾ ਉਹ ਘਰ ਵੀ ਤੋੜ ਦਿੱਤਾ। ਅੱਜ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਸੀ, ਕਿਉਂਕਿ ਉਹ ਤਾਂ ਕੀੜੀਆਂ 'ਤੇ ਦਇਆ ਕਰਨੀ ਚਾਹੁੰਦਾ ਸੀ, ਕੀੜੀਆਂ ਨੂੰ ਬਚਾਉਣਾ ਚਾਹੁੰਦਾ ਸੀ, ਪਰ ਫਕੀਰਾਂ ਦੀ ਸ਼ਰਤ ਦੇ ਅਨੁਸਾਰ ਉਹਨੂੰ ਇਹ ਕੰਮ ਕਰਨਾ ਹੀ ਪੈ ਰਿਹਾ ਸੀ। ਉਹ ਆਪਣੇ ਆਪ ਨੂੰ ਇੱਕ ਰਾਕਸ਼ਸ ਸਮਝਣ ਲੱਗ ਪਿਆ, ਇੱਕ ਦੈਂਤ ਸਮਝਣ ਲੱਗ ਪਿਆ ਜਿਹੜਾ ਕੀੜੀਆਂ ਨੂੰ ਵਸਣ ਹੀ ਨਹੀਂ ਦੇ ਰਿਹਾ ਸੀ। ਪਰ ਫਕੀਰਾਂ ਦੀ ਗੱਲ ਯਾਦ ਕਰਕੇ ਉਹ ਮਨ ਨੂੰ ਸੰਤੋਸ਼ ਦੇ ਲੈਂਦਾ। ਅੱਜ ਉਹ ਪਹਿਲਾਂ ਨਾਲੋਂ ਵੀ ਵੱਧ ਦੁਖੀ ਮਨ ਦੇ ਨਾਲ ਆਪਣੇ ਘਰ ਆਇਆ। ਘਰ ਆ ਕੇ ਵੀ ਉਹਦਾ ਮਨ ਦੁਖੀ ਰਿਹਾ ਕਿ ਉਹ ਕਿੱਡਾ ਵੱਡਾ ਪਾਪ ਕਰ ਰਿਹਾ, ਪਰ ਫਕੀਰਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਉਹ ਫਿਰ ਆਪਣੇ ਮਨ ਨੂੰ ਸੰਤੋਸ਼ ਦੇ ਲੈਂਦਾ। ਅਗਲੇ ਦਿਨ ਫਿਰ ਸਵਖਤੇ ਹੀ
ਉਹ ਯੁਵਕ ਪਹਾੜੀ 'ਤੇ ਪਹੁੰਚਿਆ। ਉਹ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਕੀੜੀਆਂ ਨੇ ਉਸੇ ਜਗ੍ਹਾ 'ਤੇ ਥੋੜ੍ਹੀ ਦੂਰੀ 'ਚ ਨਵਾਂ ਘਰ ਪਾ ਲਿਆ। ਉਹ ਘਰ ਪਹਿਲਾਂ ਨਾਲੋਂ ਵੀ ਵਧੀਆ ਅਤੇ ਵੱਡਾ ਸੀ ਅਤੇ ਕੀੜੀਆਂ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਰ ਰਹੀਆਂ ਸੀ। ਅੱਜ ਉਹ ਯੁਵਕ ਗੁੱਸੇ ਵਿੱਚ ਆ ਗਿਆ, ਹੰਕਾਰ ਦੇ ਵਿੱਚ ਆ ਗਿਆ ਅਤੇ ਹੰਕਾਰ ਵਿੱਚ ਆ ਕੇ ਉਹਨੇ ਗੁੱਸੇ ਵਿੱਚ ਆ ਕੇ ਕੀੜੀਆਂ ਦਾ ਘਰ ਤੋੜਨਾ ਸ਼ੁਰੂ ਕਰ ਦਿੱਤਾ। ਹੰਕਾਰ ਦੇ ਵਿੱਚ ਹੀ ਕਈ ਕੀੜੀਆਂ ਨੂੰ ਉਹਨੇ ਮਾਰ ਦਿੱਤਾ। ਕਈ ਕੀੜੀਆਂ ਉਹਦੇ ਪੈਰਾਂ ਦੇ ਥੱਲੇ ਆ ਕੇ ਮਰ ਗਈਆਂ। ਜਦੋਂ ਉਹਨੇ ਪੂਰਾ ਘਰ ਤੋੜ ਦਿੱਤਾ, ਉਹ ਹੰਕਾਰ ਤੋਂ ਬਾਹਰ ਆਇਆ ਤਾਂ ਇਹ ਦੇਖ ਕੇ ਬੜਾ ਦੁਖੀ ਹੋ ਗਿਆ ਕਿ ਉਹਨੇ ਅੱਜ ਕਈ ਕੀੜੀਆਂ ਨੂੰ ਮਾਰ ਦਿੱਤਾ, ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ। ਉਹ ਪਛਤਾਉਣ ਲੱਗ ਪਿਆ, ਪਰ ਫਿਰ ਫਕੀਰਾਂ ਦੀ ਗੱਲ ਯਾਦ ਕਰਕੇ ਉਹ ਉੱਥੋਂ ਵਾਪਸ ਆਪਣੇ ਘਰ ਨੂੰ ਆ ਗਿਆ। ਘਰ ਆ ਕੇ ਉਹ ਸੋਚਣ ਲੱਗਾ ਕਿ ਉਹ ਕਿੱਡਾ ਵੱਡਾ ਪਾਪੀ ਆ ਜਿਹੜਾ ਬੇਜ਼ੁਬਾਨ ਕੀੜੀਆਂ ਨੂੰ ਵਸਣ ਹੀ ਨਹੀਂ ਦੇ ਰਿਹਾ, ਜਿਹੜਾ ਉਹਨਾਂ ਦੇ ਘਰਾਂ ਨੂੰ ਲਗਾਤਾਰ ਤੋੜ ਰਿਹਾ। ਉਹ ਵੀ ਰੱਬ ਦੇ ਬਣਾਏ ਜੀਵ ਆ। ਅੱਜ ਉਹਦੇ ਦਿਲ ਦੇ ਵਿੱਚ ਬੜਾ ਪਛਤਾਵਾ ਸੀ। ਉਹਨੇ ਸੋਚਿਆ ਕਿ ਹੁਣ ਉਹ ਕੀੜੀਆਂ ਦਾ ਘਰ ਨਹੀਂ ਤੋੜੇਗਾ। ਅਗਲੇ ਦਿਨ ਉਹ ਯੁਵਕ ਸਵੇਰੇ ਸਵਖਤੇ ਉੱਠਿਆ, ਆਪਣੇ ਕੋਲੋਂ ਥੋੜ੍ਹਾ ਜਿਹਾ ਆਟਾ ਲਿਆ ਅਤੇ ਕੀੜੀਆਂ ਦੇ ਕੋਲ ਪਹੁੰਚ ਗਿਆ। ਉਹਨੇ ਦੇਖਿਆ ਕੀੜੀਆਂ ਪਹਿਲਾਂ ਵਾਂਗੂ ਆਪਣਾ ਨਵਾਂ ਘਰ ਬਣਾਉਣ ਦੇ ਵਿੱਚ ਜੁੱਟੀਆਂ ਹੋਈਆਂ ਸੀ। ਉਹਨੇ ਕੀੜੀਆਂ ਨੂੰ ਬੜੇ ਪਿਆਰ ਦੇ ਨਾਲ ਆਟਾ ਖਿਲਾਇਆ ਅਤੇ ਬੜੇ ਪ੍ਰੇਮ ਅਤੇ ਪਿਆਰ ਦੇ ਨਾਲ ਉਹਨਾਂ ਨੂੰ ਦੇਖਦਾ ਰਿਹਾ। ਉਹਦੀ ਹਿੰਮਤ ਜਵਾਬ ਦੇ ਚੁੱਕੀ ਸੀ। ਉਹਨੇ ਨਿਸ਼ਚਾ ਕੀਤਾ ਕਿ ਹੁਣ ਉਹ ਕੀੜੀਆਂ ਦਾ ਘਰ ਨਹੀਂ ਤੋੜੇਗਾ। ਫਿਰ ਅਗਲੇ 3 ਦਿਨ ਉਹ ਕੀੜੀਆਂ ਨੂੰ ਆਟਾ ਖਿਲਾਉਂਦਾ ਰਿਹਾ ਅਤੇ 7ਵੇਂ ਦਿਨ ਉਹ ਫਕੀਰਾਂ ਦੇ ਕੋਲ ਪਹੁੰਚ ਗਿਆ। ਫਕੀਰਾਂ ਨੂੰ ਸਲਾਮ ਕਰਕੇ ਕਹਿਣ ਲੱਗਾ, ਮਹਾਰਾਜ ਮੈਂ ਮਾਫ਼ੀ ਚਾਹੁੰਦਾ ਕਿ ਮੈਂ ਤੁਹਾਡਾ ਦਿੱਤਾ ਕੰਮ ਪੂਰਾ ਨਹੀਂ ਕਰ ਸਕਿਆ। ਮੈਂ ਤੁਹਾਡਾ ਕੰਮ ਕੀਤਾ, ਪਹਿਲੇ 4 ਦਿਨ ਮੈਂ ਕੀੜੀਆਂ ਦਾ ਘਰ ਤੋੜਦਾ ਰਿਹਾ, ਪਰ 5ਵੇਂ ਦਿਨ ਮੇਰੀ ਹਿੰਮਤ ਨਾ ਪਈ ਅਤੇ ਮੈਂ ਤੁਹਾਡਾ ਦਿੱਤਾ ਕੰਮ ਅਧੂਰਾ ਹੀ ਛੱਡ ਦਿੱਤਾ। ਫਿਰ ਉਹ ਸ਼ਖਸ ਕਹਿਣ ਲੱਗਾ, ਹੇ ਮਹਾਤਮਾ, ਮੈਂ ਨਹੀਂ ਪੁੱਛਣਾ ਚਾਹੁੰਦਾ ਕਿ ਮੇਰਾ ਬੁਰਾ ਵਕਤ ਕਿੱਦਾਂ ਟਲੂਗਾ। ਮੈਂ ਨਹੀਂ ਪੁੱਛਣਾ ਚਾਹੁੰਦਾ ਕਿ ਮੇਰੇ ਚੰਗੇ ਦਿਨ ਕਿੱਦਾਂ ਆਉਣਗੇ, ਕਿਉਂਕਿ ਮੈਂ ਤੁਹਾਡੇ ਦਿੱਤਾ ਕੰਮ ਪੂਰਾ ਹੀ ਨਹੀਂ ਕਰ ਸਕਿਆ, ਕਿਉਂਕਿ ਮੇਰੇ ਵਿੱਚ ਹੋਰ ਹਿੰਮਤ ਹੀ ਹੈ ਨਹੀਂ ਸੀ। ਮੈਨੂੰ ਮਾਫ਼ ਕਰਿਓ। ਅਤੇ ਉਹ ਫਕੀਰਾਂ ਦੇ ਕੋਲੋਂ ਵਾਪਸ ਆਪਣੇ ਘਰ ਨੂੰ ਤੁਰਨ ਲੱਗਾ ਤਾਂ ਫਕੀਰ ਕਹਿਣ ਲੱਗੇ, ਬੇਟਾ ਥੋੜ੍ਹਾ ਰੁਕ ਜਾ, ਰੋਟੀ ਪਾਣੀ ਖਾ ਕੇ ਫਿਰ ਵਾਪਸ ਆਪਣੇ ਘਰ ਨੂੰ ਚਲਾ ਜਾਈਂ। ਫਕੀਰਾਂ ਨੇ ਉਹਨੂੰ ਪਾਣੀ ਪਿਲਾਇਆ ਅਤੇ ਪੁੱਛਣ ਲੱਗੇ, ਮੈਨੂੰ ਇੱਕ ਗੱਲ ਦੱਸ, ਤੂੰ ਤਾਂ ਇੰਨਾ ਸ਼ਕਤੀਸ਼ਾਲੀ ਆ, ਬਾਹੂਬਲੀ ਆ, ਉਹ ਕੀੜੀਆਂ ਤੇਰੇ ਸਾਹਮਣੇ ਛੋਟੀਆਂ ਛੋਟੀਆਂ, ਫਿਰ ਵੀ ਤੂੰ ਉਹਨਾਂ ਦਾ ਘਰ ਤਬਾਹ ਨਹੀਂ ਕਰ ਸਕਿਆ, ਇੱਦਾਂ ਤੂੰ ਕਿਉਂ ਕੀਤਾ? ਫਕੀਰਾਂ ਦੀ ਗੱਲ ਸੁਣ ਕੇ ਉਹ ਯੁਵਕ ਕਹਿਣ ਲੱਗਾ, ਮੈਂ ਪਹਿਲੇ 4 ਦਿਨ ਉਹਨਾਂ ਕੀੜੀਆਂ ਦਾ ਘਰ ਤੋੜਿਆ, ਤਹਿਸ ਨਹਿਸ ਕੀਤਾ, ਪਰ ਮੇਰੇ ਵਿੱਚ 5ਵੇਂ ਦਿਨ ਹਿੰਮਤ ਨਹੀਂ ਸੀ। ਮੈਂ ਸੋਚਿਆ ਮੈਂ ਕਿਉਂ ਇਹਨਾਂ ਬੇਜ਼ੁਬਾਨ ਕੀੜੀਆਂ ਦਾ ਘਰ ਤੋੜ ਰਿਹਾ, ਇਹ ਮੇਰਾ ਕੀ ਨੁਕਸਾਨ ਕਰ ਰਹੀਆਂ। ਉਹਨਾਂ ਕੀੜੀਆਂ ਵੱਲ ਦੇਖ ਕੇ ਮੈਨੂੰ ਤਰਸ ਆ ਰਿਹਾ ਸੀ, ਇਸੇ ਕਰਕੇ ਮੈਂ ਉਹਨਾਂ ਦਾ ਘਰ ਨਹੀਂ ਤੋੜ ਸਕਿਆ, ਸਗੋਂ ਉਹਨਾਂ ਨੂੰ ਆਟਾ ਖਿਲਾ ਕੇ ਆਇਆ। ਇਹ ਸੁਣ ਕੇ ਫਕੀਰ ਕਹਿਣ ਲੱਗੇ, ਬੇਟਾ ਇਹੀ ਗੱਲ ਤਾਂ ਸਮਝਣ ਵਾਲੀ ਆ। ਉਹ ਫਕੀਰ ਕਹਿਣ ਲੱਗੇ, ਮੈਂ ਤੈਨੂੰ ਕਦੇ ਵੀ ਕੀੜੀਆਂ ਦਾ ਘਰ ਤੋੜਨ ਵਾਸਤੇ ਨਹੀਂ ਭੇਜਿਆ ਸੀ,
ਮੈਂ ਤਾਂ ਤੈਨੂੰ ਉੱਥੇ ਭੇਜਿਆ ਸੀ ਕਿ ਤੂੰ ਉਹਨਾਂ ਛੋਟੀਆਂ ਛੋਟੀਆਂ ਕੀੜੀਆਂ ਤੋਂ ਕੋਈ ਸਬਕ ਲੈ ਸਕੇ, ਕੋਈ ਸਿੱਖਿਆ ਲੈ ਸਕੇ। ਇਹਨਾਂ ਕੀੜੀਆਂ ਤੋਂ ਸਿੱਖਿਆ ਲੈਣ ਵਾਲੀਆਂ ਬੜੀਆਂ ਗੱਲਾਂ ਆ, ਜਿਵੇਂ ਕਿ ਤੂੰ ਪਹਿਲੇ 4 ਦਿਨ ਉਹਨਾਂ ਦਾ ਘਰ ਤੋੜਦਾ ਰਿਹਾ ਪਰ ਉਹ ਲਗਾਤਾਰ ਦੁਬਾਰਾ ਆਪਣਾ ਘਰ ਬਣਾਉਂਦੀਆਂ ਰਹੀਆਂ। ਉਹਨਾਂ ਨੇ ਹਾਰ ਨਹੀਂ ਮੰਨੀ, ਉਹ ਲਗਾਤਾਰ ਆਪਣਾ ਕੰਮ ਕਰਦੀਆਂ ਰਹੀਆਂ। ਇੱਦਾਂ ਹੀ ਸਾਡਾ ਜੀਵਨ ਆ, ਕਈ ਵਾਰੀ ਇਨਸਾਨ ਨੂੰ ਜੀਵਨ ਵਿੱਚ 1-2 ਵਾਰੀ ਹਾਰ ਮਿਲ ਜਾਂਦੀ ਆ ਅਤੇ ਉਹ ਹਤਾਸ਼ ਹੋ ਕੇ ਬਹਿ ਜਾਂਦਾ, ਇੱਥੇ ਹੀ ਇਨਸਾਨ ਡੁੱਬ ਜਾਂਦਾ। ਜੇਕਰ ਇਨਸਾਨ ਲਗਾਤਾਰ ਕੋਸ਼ਿਸ਼ ਕਰੇ, ਲਗਾਤਾਰ ਪ੍ਰਯਾਸ ਕਰੇ ਤਾਂ ਉਹ ਹਰ ਮੁਸ਼ਕਲ ਤੋਂ ਬਾਹਰ ਨਿਕਲ ਸਕਦਾ, ਆਪਣੀ ਹਰ ਮੰਜ਼ਿਲ 'ਤੇ ਪਹੁੰਚ ਸਕਦਾ। ਜਿੱਦਾਂ ਉਹਨਾਂ ਕੀੜੀਆਂ ਨੇ ਆਪਣਾ ਘਰ ਤਬਾਹ ਹੋਇਆ ਦੇਖ ਕੇ ਆਪਣਾ ਕਰਮ ਕਰਨਾ ਨਹੀਂ ਛੱਡਿਆ, ਇਸੇ ਤਰ੍ਹਾਂ ਇਨਸਾਨ ਨੂੰ ਚਾਹੇ ਜ਼ਿੰਦਗੀ ਦੇ ਹਾਲਾਤ ਸਮਾਂ ਕਿੱਦਾਂ ਦਾ ਵੀ ਹੋਵੇ, ਆਪਣਾ ਕਰਮ ਕਰਨਾ ਕਦੇ ਨਹੀਂ ਛੱਡਣਾ ਚਾਹੀਦਾ। ਜਿਹੜੇ ਇਨਸਾਨ ਹਾਰ ਮਿਲਣ ਤੋਂ ਬਾਅਦ ਵੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਦੇ ਹਾਰ ਨਹੀਂ ਮਿਲਦੀ, ਕੋਸ਼ਿਸ਼ ਕਰਨ ਵਾਲਿਆਂ ਨੂੰ ਕਦੇ ਹਾਰ ਨਹੀਂ ਮਿਲਦੀ। ਸੋ ਇਹ ਛੋਟੀਆਂ ਛੋਟੀਆਂ ਕੀੜੀਆਂ ਜੋ ਸਾਨੂੰ ਜੀਵਨ ਦੀਆਂ ਬਹੁਤ ਵੱਡੀਆਂ ਸਿੱਖਿਆਵਾਂ ਦਿੰਦੀਆਂ, ਇਹਨਾਂ 'ਤੇ ਗੌਰ ਕਰਿਓ, ਤੁਸੀਂ ਵੀ ਆਪਣੇ ਜੀਵਨ ਦੇ ਦੁੱਖਾਂ ਨੂੰ ਖਤਮ ਕਰ ਸਕਦੇ ਹਾਂ।